ਇਦਾਂ ਨਹੀਂ ਕੋਈ ਰੋਦਾ ਹੁੰਦਾ ਵੀ ਇੱਕ ਦਿਨ ਦਾ ਗਾ ਤਾਂ ਮੈਂ ਵੀ ਪਾ ਸਕਦਾ ਕੋਈ ਚੱਕਰ ਨਹੀਂ ਜਾ ਰਿਹਾ ਕਿ ਹੋ ਸਕਦਾ ਹੈ ਕਿ ਇਹਨਾਂ ਦੋਵਾਂ ਨੇ ਕੋਲਾਬੋਰੇਸ਼ਨ ਕਰਨੀ ਹੋਵੇ ਫਿਊਚਰ ਦੇ ਵਿੱਚ ਉਹਦੇ ਵਾਸਤੇ ਬਿਲਡ ਅਪ ਕਰ ਰਹੇ ਹੋਣ ਕਿ ਕੁਛ ਨਾ ਕੁਛ ਵਧੀਆ ਹੋਣ ਵਾਲਾ ਵੱਡਾ ਹੋਣ ਵਾਲਾ ਤੇ ਉਹਦੇ ਵਾਸਤੇ ਸਾਰੀ ਪਬਲਿਸਿਟੀ ਹੈ ਪਬਲਿਸਿਟੀ ਤਾਂ ਕੋਈ ਨਹੀਂ ਜੀ ਆਪਣੇ ਵੱਲੋਂ ਤਾਂ ਕੋਈ ਪਬਲਿਸਿਟੀ ਨਹੀਂ ਹੈਗੀ ਬਲ ਆਪਣਾ ਤਾਂ ਇਦਾਂ ਹੀ ਆ ਵੀ ਜਦ ਕੋਈ ਬੰਦਾ ਥੋੜਾ ਜਿਹਾ ਅਗਲੇ ਨੂੰ ਇਦਾਂ ਹੋ ਜਾਂਦਾ ਨਾ ਥੋੜਾ ਅੰਡਰਐਸਟੇਟ ਕਰ ਲੈਂਦੇ ਵੀ ਇਹਨਾਂ ਦਾ ਕਿਹੜਾ ਕੋਈ ਹੈਗਾ ਨਾ ਕੋਈ ਇੰਡੀਆ ਨਾ ਇੱਥੇ ਆ ਵੀ ਉਹੀ ਰੋਲ ਦਾਂਗੇ ਆ ਕਰ ਲਾਂਗੇ ਇਦਾਂ ਨਹੀਂ ਕੋਈ ਰੋਲਦਾ ਇਹ ਸਿਰਫ ਵਾਹਿਗੁਰੂ ਸੱਚਾ ਪਾਸ਼ਾ ਪਰਮਾਤਮਾ ਹੈ ਜੀ ਨੇ ਰੋਲਣਾ ਸਾਨੂੰ ਕੋਈ ਬੰਦੇ ਦੀ ਜ਼ਮੀਰ ਨਹੀਂ ਹੈਗੀ ਟੀਵੀ ਸਾਨੂੰ ਕੋਈ ਆ ਕੇ ਰੋਲ ਦੂਗਾ ਇਹ ਤਾਂ ਰੱਬ ਹੀ ਕਰਨ ਵਾਲਾ ਜੇ ਤੈਨੂੰ ਕੁਝ ਹੋਣਾ ਹੋ ਜਾਣਾ ਜੀ ਇਹਨੂੰ ਕੋਈ ਨਹੀਂ ਰੋਕ ਸਕਦਾ ਪਰ ਮੈਨੂੰ ਇੰਨਾ ਮੇਰੇ ਤੇ ਯਕੀਨ ਆ ਵੀ ਕੋਈ ਕਹਿ ਦੂਗਾ ਮੈਂ ਤੈਨੂੰ ਰੋੜ ਦੂੰਗਾ ਹੋਏ ਤਾਂ ਇੰਨੀ ਛੇਤੀ ਤਾਂ ਨਹੀਂ ਮੈਂ ਰੋਲਦਾ ਵੀ ਇੱਕ ਦਿਨ ਦਾ ਗਾ ਤਾਂ ਮੈਂ ਵੀ ਪਾ ਸਕਦਾ ਕੋਈ ਚੱਕਰ ਨਹੀਂ ਹੁਣ ਫਿਲਮਾਂ ਦਾ ਵੀ ਪਲਾਨ ਹੈ ਬਿਲਕੁਲ ਹੈਗਾ ਜੀ ਬਸ ਰਾਈਟ ਸਕ੍ਰਿਪਟ ਜਿਹੜੀ ਆ ਲੱਭ ਰਹੇ ਆ ਇਸ ਵਾਰ ਇੰਡੀਆ ਗਈ ਸੀ ਬੜੀਆ ਟੂਰ ਰਿਹਾ ਬਹੁਤ ਚਾਰ ਮਹੀਨੇ ਦੇ ਵਿੱਚ ਬਹੁਤ ਵਧੀਆ ਵਧੀਆ ਸ਼ੋ ਉਹ ਜਿਹੜੀਆਂ ਹੁਣ ਇੰਡੀਆ ਜਿਹਨਾਂ ਬਾਰੇ ਮੈਂ ਤੱਕ ਦੇ ਸੋਚੇ ਨਹੀਂ ਸੀ ਜਿਹੜੇ ਮੈਨੂੰ ਲੱਗਦੇ ਉਹਨਾਂ ਨੇ ਵੀ ਨਹੀਂ ਸੀ ਸੋਚਿਆ ਕਦੇ ਵੀ ਇਹ ਕਰੂਗਾ ਪਰ ਹੋਗੇ ਉਹ ਬਾਬੇ ਦੀ ਕਿਰਪਾ ਨਾਲ ਗਣ ਪਰ ਹੁਣ ਮੈਂ ਹੀ ਮੇਰਾ ਹੀ ਪਲਾਨ ਹੈ ਵੀ ਜੋ ਮੈਂ ਇੰਡੀਆ ਸੀਗਾ ਮੇਰੇ ਕੋਲ ਕਾਫੀ ਸਕ੍ਰਿਪਟਾਂ ਆਈਆਂ ਵੀ ਆਹ ਮੂਵੀ ਕਰੋ ਜੀ ਆਹ ਮੂਵੀ ਕਰੋ ਮੈਂ ਨਹੀਂ ਚਾਹੁੰਦਾ ਵੀ ਮੈਂ ਬਸ ਮੂਵੀ ਦੇ ਨਾਮ ਨੂੰ ਮੂਵੀ ਕਰ ਦਵਾਂ ਤੇ ਮੁੜ ਕੇ ਉਹ ਚੱਲੇ ਨਾ ਬਸ ਤਾਂ ਜਾਂ ਲੋਕਾਂ ਨੂੰ ਪਸੰਦ ਨਾ ਆਵੇ ਤੇ ਉਹ ਮੇਰਾ ਕੈਰੈਕਟਰ ਨਾ ਹੋਵੇ ਮੈਂ ਚਾਹੁੰਦਾ ਵੀ ਮੈਂ ਉਹੀ ਮੂਵੀ ਕਰਾਂ ਜਿਹੜੀ ਲੋਕਾਂ ਨੂੰ ਵਧੀਆ ਲੱਗੇ ਤੇ ਕੁਝ ਡਿਫਰੈਂਟ ਹੋਵੇ ਜੇ ਮੈਨੂੰ ਸਕ੍ਰਿਪਟ ਨਾ ਮਿਲੀ ਤਾਂ ਮੈਂ ਆਪ ਲਿਖਣ ਤੇ ਦਾ ਹੈਗਾ ਹੀ ਫਿਰ ਮੈਂ ਆਪ ਲਿਖ ਲਵਾਂਗਾ ਜੀ ਫੈਨਸ ਦੇ ਨਾਲ ਇੰਟਰੈਕਟ ਕਰਦੇ ਹੁੰਨੇ ਹੋ ਰੈਗੂਲਰ ਬੇਸਿਸ ਤੇ ਬਿਲਕੁਲ ਕਰੀਦਾ ਜੀ ਮੈਂ ਇੰਸਟਾਗ੍ਰam ਲਾਈਵ ਲੂਜ਼ ਘਟ ਦੇਦਾ ਜਿਹੜੀ ਕਿ ਮੇਰੀ ਇੱਕ ਵੀਕਨੈਸ ਹੈ ਮੈਂ ਬਹੁਤ ਘਟ ਦੇਣਾ ਕਿਉਂਕਿ ਮੈਂ ਆਪਣੇ ਬਾਰੇ ਲੋਕਾਂ ਨੂੰ ਦੱਸਦਾ ਨਹੀਂ ਮੈਂ ਬਹੁਤ ਘੱਟ ਦੱਸਦਾ ਪਰ ਜਿਹੜੇ ਲੋਕ ਦੱਸਦੇ ਆ ਆਪਣੇ ਬਾਰੇ ਉਹ ਕਾਮਯਾਬ ਨੇ ਹਨਾ ਚ ਲੋਕ ਕਾਮਯਾਬ ਮਾੜੇ ਮੋਟੇ ਅਸੀਂ ਵੀ ਹੋਗੇ ਜੋ ਵੀ ਆ ਪਰ ਮੈਂ ਆਪਣੇ ਬਾਰੇ ਦੱਸਦਾ ਘੱਟਾਂ ਪਰ ਇੰਟਰੈਕਸ਼ਨ ਫੈਨਸ ਨਾਲ ਜਿਹੜੀ ਇੰਡੀਆ ਜਾ ਕੇ ਹੁੰਦੀ ਆ ਉਹਦਾ ਇੱਥੇ ਸਵਾਦ ਨਹੀਂ ਆਉਂਦਾ ਉੱਥੇ ਜਾ ਕੇ ਬਹੁਤ ਲੋਕ ਹਨਾ ਕਿਸੇ ਵੀ ਪਿੰਡ 'ਚ ਮੇਲਾ ਲਾਉਣ ਜਾਂਦੇ ਆ ਜਾਂ ਕਿਸੇ ਟੂਰਨਾਮੈਂਟ ਦੇ ਜਾਂ ਕਿਤੇ ਕਿਤੇ ਕਾਨਸਰਟ ਆ ਉੱਥੇ ਲੋਕਾਂ ਨੂੰ ਤੁਸੀਂ ਬਾਇ ਫੇਸ ਦੇਖਦੇ ਹੋ ਹਨਾ ਤੁਹਾਡੇ ਸਾਹਮਣੇ ਖੜੇ ਹੁੰਦੇ ਨੇ ਉਹ ਸੋ ਜਿਹੜਾ ਉਹ ਉਹ ਮੁਹੱਬਤ ਹੈ ਨਾ ਜਿਹੜੀ ਉਹ ਉਹ ਲੈਣ ਦਾ ਬਹੁਤ ਮੈਨੂੰ ਬਹੁਤ ਵਧੀਆ ਲੱਗਦਾ ਦਿਲੋਂ ਪਿਆਰ ਕਰਦੇ ਆ ਉੱਥੇ ਨਾ ਪਰਸਨਲ ਸਪੇਸ ਦਾ ਕੋਈ ਕਨਸੈਪਟ ਹੈ ਨਹੀਂ ਹਾਂਜੀ ਬਿਲਕੁਲ ਜੇ ਤੁਹਾਨੂੰ ਮੁਹੱਬਤ ਕਰਦੇ ਤਾਂ ਦਿਲੋਂ ਮੁਹੱਬਤ ਕਰਦੇ ਹਾਂ ਉਹਦਾ ਹੱਕ ਐ ਉਹ ਬਿਲਕੁਲ ਹੋਣਾ ਚਾਹੀਦਾ ਕਈ ਲੋਕ ਖੇਜਨਦੇ ਆ ਵੀ ਯਾਰ ਮੈਂ ਰੋਟੀ ਖਾਈ ਨਾ ਤੂੰ ਆ ਗਿਆ ਕੋਈ ਚੱਕਰ ਨਹੀਂ ਮੈਂ ਤਾਂ ਉੱਠ ਕੇ ਖੜਾ ਹੋ ਜਾਣਾ ਵੀਰੇ ਆਜੋ ਜੇ ਮੈਂ ਹੁਣ ਰੋਟੀ ਖਾ ਰਿਆਂ ਤਾਂ ਮੈਂ ਉਹਦੇ ਕਰਕੇ ਹੀ ਖਾ ਰਿਆਂ ਜਿਹੜਾ ਬੰਦਾ ਮੇਰੇ ਕੋਲ ਉੱਠ ਕੇ ਆ ਰਿਹਾ